ਸਾਡੇ ਨਾਲ ਅਕਾਲੀ ਦਲ ਸਰਦਾਰ ਲਹਿਰ ਤੋਂ ਬੀਬੀ ਜਗੀਰ ਕੌਰ ਜੀ ਫੋਨ ਲਾਈਨ ਦੇ ਉੱਤੇ ਜੁੜੇ ਨੇ। ਬੀਬੀ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਜਦੋਂ ਜੋ ਤਨਖਾਹੀਆਂ ਐਲਾਨਿਆ ਜਾਂਦਾ ਜਦੋਂ ਤੱਕ ਸਜ਼ਾ ਪੂਰੀ ਨਹੀਂ ਕਰ ਲੈਂਦਾ ਉਹ ਤਨਖਾਹੀਆਂ ਹੀ ਰਹਿੰਦਾ ਤੇ ਦੀਵਾਲੀ ਤੋਂ ਬਾਅਦ ਇਕੱਤਰਤਾ ਹੋ ਸਕਦੀ ਹੈ। ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਲੱਗਦਾ ਹੈ ਕਿ ਦੇਰੀ ਤਾਂ ਨਹੀਂ ਹੋ ਰਹੀ ਫੈਸਲਾ ਲੈਣ 'ਚ? ਦੇਖੋ, ਗੱਲ ਦੇਰੀ ਜਾਂ ਛੇਤੀ ਦੀ ਨਹੀਂ ਹੈ ਜੀ। ਗੱਲ ਤੇ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦੇ ਹਿਸਾਬ ਦੇ ਨਾਲ ਜਾਂ ਉੱਥੋਂ ਦੇ ਸਦਾਤ ਨਾਲ ਜਾਂ ਵਿਧੀ ਵਿਧਾਨ ਦੇ ਨਾਲ ਜੀ ਉਹ ਕੀ ਕਰ ਸਕਦੇ ਆ, ਉਹਨਾਂ ਨੇ ਉਸ ਹਿਸਾਬ ਨਾਲ ਚੱਲਣਾ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਹ ਸਦਾਤਾਂ 'ਚ ਬੱਝਿਆ ਹੋਇਆ ਉੱਥੋਂ ਦਾ ਫੈਸਲਾ ਹੁੰਦਾ ਹੈ। ਇਸ ਕਰਕੇ ਵੀ ਉਹਨਾਂ ਦਾ ਅਧਿਕਾਰ ਖੇਤਰ ਹੈ ਕਿ ਉਹਨਾਂ ਨੇ ਕਦੋਂ ਮੀਟਿੰਗ ਕਰਕੇ ਤੇ ਫੈਸਲਾ ਕਰਨਾ ਜੀ। ਸੋ ਇਹ ਤੇ ਸਚਾਈ ਹੈ ਕਿ ਜਿਹੜਾ ਤਨਖਾਹੀਆ ਹੁੰਦਾ ਹੈ ਉਹ ਕਿਤੇ ਮੀਟਿੰਗਾਂ ਨਹੀਂ ਕਰ ਸਕਦਾ ਜੀ, ਤੇ ਜਦ ਤੱਕ ਉਹ ਆਪਣੀ ਸੇਵਾ ਪੂਰੀ ਨਹੀਂ ਕਰ ਲੈਂਦੇ, ਜਦ ਤੱਕ ਉਹ ਆਪਣੀ ਤਨਖਾਹ ਦੀ ਲੱਗੀ ਸਜ਼ਾ ਪੂਰੀ ਨਹੀਂ ਕਰ ਲੈਂਦੇ, ਕੋਈ ਵੀ ਵਿਅਕਤੀ ਹੋਵੇ ਉਨੀ ਚਿਰ ਤੱਕ ਉਹ ਪਬਲਿਕ ਦੇ ਨਾਲ ਮੀਟਿੰਗਾਂ ਨਹੀਂ ਕਰ ਸਕਦੇ ਜੀ। ਸੋ ਇਸ ਕਰਕੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਜੋ ਵਿਧੀ ਵਿਧਾਨ ਲਿਖਿਆ ਉਹਦੇ ਅਨੁਸਾਰ ਫੈਸਲਾ ਕੀਤਾ ਹੋਇਆ ਜੀ। ਤੇ ਇੱਕ ਅਕਾਲੀ ਦਲ ਦੀ ਲੀਡਰਸ਼ਿਪ ਕੱਲ੍ਹ ਮਿਲੀ ਜਥੇਦਾਰ ਸਾਹਿਬ ਨੂੰ, ਇੱਕ ਜ਼ਿਕਰ ਇਹ ਹੋਇਆ ਕਿ ਗਿੱਦੜਬਾਹਾ ਹਲਕੇ ਦੇ ਲੋਕ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਉੱਥੋਂ ਚੋਣ ਲੜਨ ਆ ਕੇ ਉਮੀਦਵਾਰ ਬਣਨ। ਤੁਹਾਨੂੰ ਲੱਗਦਾ ਹੈ ਕਿ ਅਜਿਹੀ ਲੋਕਾਂ ਦੇ ਜੀ ਗੱਲ ਲੋਕਾਂ ਦੇ ਚੋਣ ਨਾਲ ਨਹੀਂ ਜਾਂ ਨਾ ਚੋਣ ਨਾਲ ਨਹੀਂ ਹੈ ਜੀ, ਗੱਲ ਤੇ ਹੈ ਕਿ ਜਿਹੜੀ ਉਹਨਾਂ ਨੇ ਤਨਖਾਹੀ ਕਰਾ ਦਿੱਤਾ ਉਹਦਾ ਕੀ ਵਿਧੀ ਵਿਧਾਨ ਹੈ ਜੀ, ਉਹਦੇ ਅਨੁਸਾਰ ਫੈਸਲਾ ਉਹਨਾਂ ਕਰਨਾ, ਨਾ ਕਿ ਮੈਂ ਕੀ ਚਾਹੁੰਦੀ ਹਾਂ ਲੋਕ ਕੀ ਚਾਹੁੰਦੇ ਆ ਉਹਦੇ ਅਨੁਸਾਰ। ਬੇਨਤੀ ਕਰਨਾ ਦਾ ਫਰਜ਼ ਹੀ ਕਰਿਆ, ਇਹ ਚੰਗੀ ਗੱਲ ਹੈ, ਹਰ ਬੰਦਾ ਜਾ ਸਕਦਾ, ਹਰ ਸਿੱਖ ਜਾ ਸਕਦਾ ਜੀ। ਬੀਬੀ ਜੀ ਬੇਨਤੀ ਹੈ ਜੇ ਤੁਸੀਂ ਥੋੜ੍ਹਾ ਜਿਹਾ ਸਮਾਂ ਦੇ ਸਕੋ ਹੋਰ ਸਾਡੇ ਨਾਲ। ਐਸਜੀਪੀਸੀ ਤੋਂ ਅਮਰਜੀਤ ਚਾਵਲਾ ਜੀ ਵੀ ਫੋਨ ਲਾਈਨ ਤੇ ਜੁੜਨੇ। ਚਾਵਲਾ ਸਾਹਿਬ ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ ਤੇ। ਕੋਈ ਨਹੀਂ, ਤੁਸੀਂ ਉਹਨਾਂ ਦਾ ਕਰ ਲਓ ਜੀ। ਮੈਂ ਸ਼ੁਕਰੀਆ, ਠੀਕ ਹੈ, ਸ਼ੁਕਰੀਆ, ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ। ਸੋ ਅਮਰਜੀਤ ਚਾਵਲਾ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜਨੇ। ਚਾਵਲਾ ਸਾਹਿਬ ਕੀ ਕਹਿਣਾ ਚਾਹੋਗੇ, ਅੱਜ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਇੱਕ ਵਿਧੀ ਵਿਧਾਨ ਹੁੰਦਾ, ਇੱਕ ਰਵਾਇਤ ਹੁੰਦੀ ਹੈ, ਉਹਦੇ ਮੁਤਾਬਕ ਜਿਸ ਨੂੰ ਤਨਖਾਹੀਆ ਐਲਾਨਿਆ ਗਿਆ ਜਦੋਂ ਤੱਕ ਸਜ਼ਾ ਨਹੀਂ ਭੁਗਤ ਲੈਂਦੇ ਤਨਖਾਹੀਆ ਹੀ ਉਹ ਰਹਿਣਗੇ। ਪਰ ਅਕਾਲੀ ਦਲ ਦੇ ਲਈ ਚਾਵਲਾ ਸਾਹਿਬ, ਕਿਉਂਕਿ ਇਸ ਵੇਲੇ ਜੋ ਪੋਲੀਟੀਕਲ ਤੌਰ ਦੇ ਉੱਤੇ ਜੋ ਸਥਿਤੀ ਬਣੀ ਹੋਈ ਹੈ ਉਹ ਵੀ ਕਾਫੀ ਅਹਿਮ ਹੈ, ਉਹ ਗਤੀਵਿਧੀ ਰੁਕੀ ਰਹਿਣਾ ਤੁਹਾਨੂੰ ਲੱਗਦਾ ਨਹੀਂ ਪਾਰਟੀ ਲਈ ਨੁਕਸਾਨਦਾਇ ਹੋਏਗੀ? ਚਲੋ, ਨੁਕਸਾਨ ਅਸੀਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਹਾਂ ਜੀ, ਬਹੁਤ ਕਈ ਸਾਲਾਂ ਤੋਂ, ਲਗਭਗ 2017 ਤੋਂ ਲੈ ਕੇ ਚੱਲ ਰਹੇ ਆ। ਜਿਹੜੀਆਂ ਇਲੈਕਸ਼ਨ ਆਈਆਂ ਉਹ ਸਾਰੀਆਂ ਸਾਨੂੰ ਬੜਾ ਲਾਸ ਹੋਇਆ, ਤੇ ਉਹ ਕੋਈ ਗੱਲ ਨੀ, ਜਿਵੇਂ ਵਾਹਿਗੁਰੂ ਦੀ ਰਜਾ ਹੈ, ਰਜਾ ਮਾਲਕ ਦੀ, ਕੋਈ ਇਹਦੇ ਚੋਂ ਚੰਗਾ ਹੀ ਭਵਿੱਖ ਨਿਕਲੇਗਾ, ਮਾੜਾ ਨੀ ਹੋਏਗਾ ਜੀ। ਚਲੋ ਸਾਹਿਬ, ਮੇਰੀ ਬੇਨਤੀ, ਥੋੜ੍ਹਾ ਸਮਾਂ ਅਸੀਂ ਤੁਹਾਡੇ ਕੋਲੋਂ ਚਾਹਾਂਗੇ ਹੋਰ। ਸਾਡੇ ਨਾਲ ਪ੍ਰੇਮ ਸਿੰਘ ਚੰਦੂਮਾਜਰਾ ਜੀ ਵੀ ਫੋਨ ਲਾਈਨ 'ਤੇ ਜੁੜਦੇ ਹੋ। ਚੰਦੂਮਾਜਰਾ ਸਾਹਿਬ, ਸਵਾਗਤ ਹੈ ਤੁਹਾਡਾ ਲਿਵਿੰਗ ਇੰਡੀਆ 'ਤੇ। ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਕਹਿ ਰਹੇ ਨੇ ਕਿ ਜਿਸ ਨੂੰ ਤਨਖਾਹੀਆ ਐਲਾਨਿਆ ਜਾਂਦਾ ਜਦੋਂ ਤੱਕ ਸਜ਼ਾ ਪੂਰੀ ਨਹੀਂ ਕਰ ਲੈਂਦਾ ਤਨਖਾਹੀਆ ਹੀ ਰਹਿੰਦਾ, ਅਤੇ ਕੀ ਲੱਗਦਾ ਕਿ ਫੈਸਲਾ ਜਿਹੜਾ ਹੋਣਾ ਹੈ, ਹੁਣ ਤੱਕ ਹਾਲੇ ਫੈਸਲਾ ਨਹੀਂ ਹੋਇਆ ਅਤੇ ਉਹ ਦੀਵਾਲੀ ਤੋਂ ਬਾਅਦ ਕਹਿ ਰਹੇ ਨੇ ਕਿ ਅਸੀਂ ਮੀਟਿੰਗ ਕਰਕੇ ਕੋਈ ਫੈਸਲਾ ਲਵਾਂਗੇ? ਤੁਹਾਨੂੰ ਲੱਗਦਾ ਕਿ ਸਿਆਸੀ ਗਤੀਵਿਧੀ ਤੇ ਰੋਕ ਹੀ ਰਹਿਣੀ ਚਾਹੀਦੀ ਹੈ ਕੋਈ ਵੀ ਅਜਿਹੀ ਗਤੀਵਿਧੀ ਉਹਨਾਂ ਨੂੰ, ਕਿਉਂਕਿ ਉਹ ਕਾਰਜਕਾਰੀ ਪ੍ਰਧਾਨ ਨੇ ਭੁੰਦੜ ਸਾਹਿਬ ਉਹ ਮਿਲ ਕੇ ਆਏ ਨੇ ਜਥੇਦਾਰ ਸਾਹਿਬ ਨੂੰ ਬੀਤੇ ਦਿਨੀ, ਤੇ ਮੰਨਿਆ ਜਾ ਰਿਹਾ ਕਿ ਹੋ ਸਕਦਾ ਕਿ ਇਸ ਬਾਰੇ ਵੀ ਕੋਈ ਗੱਲ ਹੋਈ ਹੋਵੇ। ਡਾਕਟਰ ਚੀਮਾ ਨੇ ਵੀ ਬਣਾਇਆ
ਜਾਨੀ ਜੇ ਜਿਮਨੀ ਚੋਣ ਨੂੰ ਲੈ ਕੇ ਸੁਖਬੀਰ ਸਿੰਘ ਨਾਂ ਦੀ ਚਰਚਾ ਚੱਲ ਰਹੀ ਸੀ ਕਿ ਗਿੱਦੜਬਾਹਾ ਤੋਂ ਚੋਣ ਲੜਵਾਈ ਜਾ ਸਕਦੀ ਹੈ, ਜੇ ਅਜਿਹਾ ਕੁਝ ਹੁੰਦਾ ਤੁਹਾਨੂੰ ਲੱਗਦਾ ਕਿ ਮਰਿਆਦਾ ਦੇ ਮੁਤਾਬਕ ਸਹੀ ਨਹੀਂ ਹੋਏਗਾ? शुक्रिया चंदू महाराज साहब, धन्यवाद तुहाडा गलबात करन लई। सो चावला साहब भी साडे नाल बने हुए। चावला साहब, की लगता है कि फिर कोई हुण नवा उम्मीदवार जिहड़ा लभ्या जावे उस नूं मैदान च उतारिया जावे? देखो, ये तो आप सारे प्रजंपशनां नूं, यह तो प्रजंपशन है सारिआं दीआं। सुरजीत जी इलैक्शन लड़ना चाहुंदे सी कि नहीं लड़ना चाहुंदे, इहदा कोई फायदा थोड़ी आ जी। जी वो तो कोई इहो जिही गल ना उहनां वल्लों आई आ, ना पार्टी वल्लों आई आ, ना पेपरां 'च कितें आई आ। उदां सियासत राहीं तां पिछे मोटे अखबारां वाले पत्रकार अखबार न्यूज करते रहते हैं, लेकिन यह करता कोई सुखबीर जी ने कह के मैं लड़नी है जी? कोई यह गल नहीं है, तो पार्टी हजे फैसला लेना। तो कई तरह दियां होर बड़ियां होंदिया, क्योंकि मान लो इलेक्शन लड़ते हैं तो सुखबीर सिंह बादल पार्टी के हैड होने करके उन्होंने प्रचार तो करना सी ना जी। प्रचार करने की भी इलेक्शन तो पहला लैनी जरूरी थी, उतो आ गया जी। शुक्रिया चावला साहब, धन्यवाद गलबात करने लई। सो अमरजीत सिंह चावला जिन्होंने कहा कि प्रचार भी करना होंगे, जो पार्टी के सीनियर लीडर होंगे ने, ना सिर्फ चोन लड़न लैके। इन्होंने कहा कि इस तरीके के क्या जरूर लाए जा रहे थे कि सुखबीर सिंह बादल उन्होंने लैके चर्चा से, क्योंकि पार्टी के जोड़े वर्कर ने हल्के संबंधित उन्होंने मंग जी उठ रही थी। पर हमने कहा गया कि क्योंकि हाले तक उन्होंने सज़ा जी नहीं सुनाई गई है, उन्होंने अपनी सज़ा पूरी नहीं की है, इस करके कोई भी सियासी गतिविधि जी है वो सुखबीर सिंह बादल नहीं कर सकेंगे। एक बार मुड़ तो तुम्हें सुना है कि ज्ञानी रघबीर सिंह उन्होंने वालों की कुछ इस बाबत कहा गया। हाँ, रात सरदार बरिंदर सिंह जी भुंदड़ जो कार्यकारी प्रधान ने अकाली दल के, उन्होंने अगवाई सत मैंबर वफद मिलने वास्ते आया से, उन्होंने अपनी गल जी सी रखी है। अब मीटिंग होएगी, मीटिंग सारा जरा विचार की जाऊगी की करना की नहीं करना। देखो, तनखाई यदि एक परिभाषा होंगी है और उस चीज़ में परिभाषित करना जोड़ा बड़ा हर एक सिख वास्ते बड़ा जरूरी होंगे कि जेकर सिख तनखाई है तो वो मुताबिक जोड़ा वो चले, जब तक वह फसील तो सिंह साहबान तो तनखा नहीं लवा लेंदा, तनखा पूरी नहीं कर लेंदा लगी हुई तनखा, उन्ना चर वो तनखाही रहिंदा है, उन्ना चर बख्शिया नहीं जाता। देखो, ये तो हमेशा ही जो कोई चोण होंगी है हर साल ये गल जड़ियाँ उठदिया ने, तो सरकारों को ऐसा बिल्कुल नहीं करना चाहिए। साड़ी एक अपनी बड़ी शहीदों की जथेबंदी है, साड़ी अपनी श्रोमणी गुरुद्वारा प्रबंधक कमेटी बड़ी एक संस्था है और वो काम च सरकारों को बिल्कुल दखलअंदाजी नहीं करनी चाहिए, उनको अपने तरीके काम कर देना चाहिए। बस विचार रहे हैं, दिवाली तो बाद कुछ टाइम देख के। हाँ।